ਰੇਡੀਓ ਚੰਨਪਰਦੇਸੀ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਗਗਨਦੀਪ ਹਾਜ਼ੀਰ ਸਭ ਤੋਂ ਪਹਿਲਾਂ ਨਜ਼ਰ ਮਾਰ ਦਿਆ ਅੱਜ ਦੀਆਂ ਮੁੱਖ ਖਬਰਾਂ ਤੇ ਯੂਕੇ ਵਾਸੀਆਂ ਨੂੰ ਇਕਾਂਤ ਵਿੱਚ ਦੋ ਇਨਕਾਰ ਕਰਨ ਤੇ ਹੋ ਸਕਦਾ ਹੈ 10000 ਪੌਂਡ ਦਾ ਜੁਰਮਾਨਾ ਕਰੋਨਾ ਵੈਕਸੀਨ ਦੇ ਨਾਂ ਤੇ ਛੋਟੇ ਦੇਸ਼ਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਰਿਆ ਹੈ ਚੀਨ ਮੋਦੀ ਸਰਕਾਰ ਕਦੇ ਭਗਵਾਨ ਤੇ ਕਦੇ ਜਨਤਾ ਨੂੰ ਦੋਸ਼ ਦਿੰਦੀ ਹੈ ਪਰ ਆਪਣੇ ਕੁਸ਼ਾਸ਼ਨ ਨੂੰ ਨਹੀਂ ਰਾਹੁਲ ਗਾਂਧੀ ਹਾੜੀ ਦੀਆਂ ਫਸਲਾਂ ਦੇ ਲਈ ਘਟੋ ਘਟ ਸਮਰਥਨ ਮੁੱਲ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ ਸੁਨੀਲ ਜਾਖੜ ਦਾ ਅਕਾਲੀਆਂ ਤੇ ਤੰਜ਼ ਕਿਹਾ ਅਕਾਲੀ ਦਲ ਦਾ ਧੂਰਾ ਕਿਰਦਾਰ ਹੈ ਆ ਸਾਹਮਣੇ ਅਗਾਲੀਦਲ ਦਾ ਭਾਜਪਾ ਨਾਲ ਉਹ ਗਠਜੋੜ ਟੁੱਟਣਾ ਤੈਅ ਰਸਮੀ ਐਲਾਨ ਬਾਕੀ ਹੈ। ਹੁਣ ਖਬਰਾਂ ਵਿਸਥਾਰ ਨਾਲ ਲੰਡਨ ਨਾਲ ਸੰਬੰਧਿਤ ਇੰਗਲੈਂਡ ਤੋਂ ਆਈ ਇਸ ਖਬਰ ਦੇ ਅਨੁਸਾਰ ਇੰਗਲੈਂਡ ਦੇ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਹਰ ਰੋਜ਼ ਇਸ ਵਾਇਰਸ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਇੱਥੇ ਵਾਇਰਸ ਦੀ ਦੂਜੀ ਲਹਿਰ ਆਉਣ ਦਾ ਪੂਰਾ ਪੂਰਾ ਖਤਰਾ ਹੈ। ਇਸ ਨੂੰ ਰੋਕਣ ਦੇ ਲਈ ਸਰਕਾਰ ਕਾਫੀ ਸਖਤ ਰੁਖ ਅਖਤਿਆਰ ਕਰ ਰਹੀ ਹੈ ਜਿਸ ਦੇ ਤਹਿਤ ਮਹਾਮਾਰੀ ਦੀ ਦੂਜੀ ਲਹਿਰ ਦੇ ਨਾਲ ਲੜਨ ਦੀ ਨਵੀਂ ਯੋਜਨਾ ਦੇ ਵਿੱਚ ਇਕਾਂਧ ਵਸਤੂ ਇਨਕਾਰ ਕਰਨ ਦੇ ਨਿਯਮ ਜਾਂ ਫਿਰ ਇਸ ਨੂੰ ਤੋੜਨ ਤੇ ਕਿਸੇ ਨੂੰ ਵੀ 10000 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਤਰੀ ਇਸ ਨੂੰ ਕਾਨੂੰਨੀ ਜ਼ਰੂਰਤ ਬਣਾ ਕੇ ਆਪਣੇ ਰੁਖ ਨੂੰ ਸਖਤ ਕਰ ਰਹੇ ਨੇ। 28 ਸਤੰਬਰ ਤੋਂ ਕੋਈ ਵੀ ਜੋ ਕੋਰੋਨਾ ਵਾਇਰਸ ਦੇ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਇਹ ਇਕਾਂਧ ਵਸ ਦੇ ਨਿਯਮ ਨੂੰ ਤੋੜਦਾ ਹੈ ਤਾਂ ਉਸ ਨੂੰ 1000 ਰੁਪਏ ਦਾ ਜੁਰਮਾਨਾ ਹੋਵੇਗਾ ਤੇ ਗਲਤੀ ਨੂੰ ਦੁਹਰਾਉਣ ਵਾਲਿਆਂ ਨੂੰ ਅਤੇ ਸਭ ਤੋਂ ਗੰਭੀਰ ਉਲੰਘਣਾਵਾਂ ਕਰਨ ਵਾਲਿਆਂ ਦੇ ਲਈ 10000 ਪੌਂਡ ਤੱਕ ਇਹ ਜੁਰਮਾਨਾ ਪਹੁੰਚ ਜਾਵੇਗਾ। ਇਹ ਨਵੀਂ ਕਾਨੂੰਨੀ ਡਿਊਟੀ ਉਹਨਾਂ ਲੋਕਾਂ ਤੇ ਵੀ ਲਗਾਈ ਜਾਵੇਗੀ ਜਿਨ੍ਹਾਂ ਨੂੰ ਐਨ ਐਚ ਐਸ ਟੈਸਟ ਅਤੇ ਟ੍ਰੇਸ ਦੁਆਰਾ ਕਿਸੇ ਸੰਕਰਮਿਤ ਬੈਕਟੀਰੀਆ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਇਕਾਂਤਵਾਸ ਹੋਣ ਦੇ ਬਾਰੇ ਕਿਹਾ ਜਾਵੇਗਾ ਇਸ ਸਬੰਧ ਦੇ ਵਿੱਚ ਜੇਕਰ ਘਟਾ ਆਮਦਨ ਵਾਲੇ ਨੂੰ ਇਕਾਂਤਵਾਸ ਵਿੱਚ ਜਾਣ ਦੇ ਨਤੀਜੇ ਵਜੋਂ ਕਮਾਈ ਦੇ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉਹ ਵਿੱਤੀ ਸਹਾਇਤਾ ਦੇ ਤੌਰ ਤੇ 500 ਪੌਂਡ ਦੀ ਰਕਮ ਦੇ ਯੋਗ ਹੋਣਗੇ ਹਰ ਹਫਤੇ ਲੱਗਦੇ ਨਵੇਂ ਮਾਮਲੇ ਦੁੱਗਣੇ ਹੋਣ ਦੇ ਨਾਲ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਵਾਇਰਸ ਦੇ ਫੈਲਣ ਨੂੰ ਨਿਯੰਤਰਿਤ ਕਰਨ ਅਤੇ ਸਭ ਤੋਂ ਵੱਧ ਕਮਜ਼ੋਰ ਵਿਅਕਤੀਆਂ ਨੂੰ ਵਾਇਰਸ ਤੋਂ ਬਚਾਉਣ ਦੇ ਲਈ ਇਹ ਉਪਾਅ ਜ਼ਰੂਰੀ ਨੇ ਮੰਤਰੀ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਵਿੱਚ ਇਸ ਨਿਯਮ ਦੇ ਬਾਰੇ ਪ੍ਰਸ਼ਾਸਨ ਦੇ ਨਾਲ ਵਿਚਾਰ ਵਟਾਂਦਰੇ ਦੇ ਅਧੀਨ ਨੇ ਚੀਨ ਨਾਲ ਸੰਬੰਧਿਤ ਬੀਜਿੰਗ ਤੋਂ ਆਏ ਇਸ ਖਬਰ ਦੇ ਅਨੁਸਾਰ ਚੀਨ ਜਿਸ ਨੇ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਮਹਾਮਾਰੀ ਵੱਲ ਤੱਕ ਕਿਹਾ ਹੈ ਹੁਣ ਇੱਕ ਨਵੀਂ ਚਾਲ ਚੱਲ ਰਿਹਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਕੋਰੋਨਾ ਵਾਇਰਸ ਦੇ ਟੀਕੇ ਦੇ ਨਾਂ ਤੇ ਦੇਸ਼ਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਸਭ ਤੋਂ ਵੱਧ ਸ਼ਿਕਾਰ ਛੋਟੇ ਦੇਸ਼ ਹੋਣ ਵਾਲੇ ਨੇ ਇੱਕ ਰਿਪੋਰਟ ਦੇ ਮੁਤਾਬਿਕ ਛੋਟੇ ਦੇਸ਼ ਉਸ ਦੇ ਜਾਲ ਵਿੱਚ ਫਸਦੇ ਜਾ ਰਹੇ ਨੇ ਬਿਜਿਨਾਰਥਿਕ ਤੌਰ ਤੇ ਕਮਜ਼ੋਰ ਦੇਸ਼ਾਂ ਨੂੰ ਘਸਾਉਣ ਦੇ ਲਈ ਟੀਕਾ ਕੂਟਨੀਤੀ ਤੇ ਕੰਮ ਕਰ ਰਿਹਾ ਹੈ ਉਹ ਟੀਕਾ ਦੂਜੇ ਦੇਸ਼ਾਂ ਦੇ ਵਿੱਚ ਵੇਚ ਰਿਹਾ ਹੈ ਤੇ ਇਸ ਨੂੰ ਖਰੀਦਣ ਦੇ ਲਈ ਕਰਜ਼ਾ ਵੀ ਦੇ ਰਿਹਾ ਹੈ ਬ੍ਰਿਟੇਨ ਆਸਟ੍ਰੇਲੀਆ ਤੇ ਅਮਰੀਕਾ ਸਮੇਤ ਅਮੀਰ ਦੇਸ਼ ਜਿੱਥੇ ਫਾਰਮਾ ਕੰਪਨੀਆਂ ਦੇ ਨਾਲ ਆਪਣਾ ਸੌਦਾ ਕਰ ਰਹੇ ਨੇ ਉੱਥੇ ਹੀ ਚੀਨ ਸਿੱਧੇ ਤੌਰ ਤੇ ਕਮਜ਼ੋਰ ਆਰਥਿਕਤਾ ਕੰਬੋਡੀਆ, ਲਾਉਸ, ਮਿਆਂਮਾਰ, THAILAND, ਵਿਏਟਨਾਮ, ਲਾਤੀਨੀ ਅਮਰੀਕਾ, ਪੱਛਮੀ ਏਸ਼ੀਆ, ਉੱਤਰੀ ਅਫਰੀਕਾ ਅਤੇ ਨੇਪਾਲ ਤੋਂ ਇਲਾਵਾ ਪੂਰਬੀ ਯੂਰਪ ਦੇ ਕੁਝ ਦੇਸ਼ਾਂ ਨੂੰ ਆਪਣੀ ਵੈਕਸੀਨ ਕੂਟਨੀਤੀ ਦੇ ਵਿੱਚ ਫਸਾਉਣ ਦੇ ਚੱਕਰ ਵਿੱਚ ਹੈ। ਚੀਨ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਦੇਸ਼ਾਂ ਨੂੰ ਚੀਨੀ ਟੀਕਾ ਖਰੀਦਣ ਦੇ ਲਈ 1 ਬਿਲੀਅਨ ਡਾਲਰ ਦਾ ਕਰਜ਼ ਦੇਵੇਗਾ। ਇਸ ਨੇ ਬੰਗਲਾਦੇਸ਼ ਨੂੰ 1 ਲੱਖ ਤੋਂ ਵੱਧ ਮੁਫਤ ਟੀਕੇ ਦੇਣ ਦਾ ਵਾਅਦਾ ਕੀਤਾ ਸੀ ਅਤੇ ਬਦਲੇ ਦੇ ਵਿੱਚ ਚੀਨੀ ਕੰਪਨੀ SinoVac ਨੂੰ ਬੰਗਲਾਦੇਸ਼ ਦੇ ਵਿੱਚ ਟੀਕੇ ਦੇ ਟਰਾਇਲ ਕਰਵਾਉਣ ਦੀ ਆਗਿਆ ਦੇ ਦਿੱਤੀ ਗਈ ਸੀ। ਜਦੋਂ ਕਿ ਇੱਕ ਹੋਰ ਕੰਪਨੀ ਸਿਨੋਫਰਮਾ ਨੇ ਆਪਣੀ ਟੀਮ ਭੇਜੀ ਹੈ ਜੋ ਇਸ ਲਈ 6000 ਵਲੰਟੀਅਰ ਭਰਤੀ ਕਰ ਰਹੀ ਹੈ। ਪੂਰੀ ਦੁਨੀਆ ਟੀਕੇ ਦੀ ਉਡੀਕ ਕਰ ਰਹੀ ਹੈ। ਛੋਟੇ ਦੇਸ਼ਾਂ ਦੇ ਕੋਲ ਟੀਕਾ ਖੁਦ ਤਿਆਰ ਕਰਨ ਦੇ ਲਈ ਇੰਨੇ ਸਰੋਤ ਨਹੀਂ ਹੈ ਇਸ ਲਈ ਉਹ ਚੀਨ ਦੀ ਟੀਕਾ ਗੁੱਟਨੀਤੀ ਦਾ ਸ਼ਿਕਾਰ ਹੋ ਰਹੇ ਨੇ। ਭਾਰਤ ਨਾਲ ਸੰਬੰਧਿਤ ਨਵੀਂ ਦਿੱਲੀ ਤੋਂ ਇਹ ਖਬਰ ਦੇ ਅਨੁਸਾਰ ਕੇਂਦਰੀ ਨੇਤਾ راہুল ਗਾਂਧੀ ਨੇ ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੀ ਉਸ ਟਿੱਪਣੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ ਜਿਸ ਦੇ ਵਿੱਚ ਮੰਤਰੀ ਨੇ ਕੋਵਿਡ-19 ਦੇ ਮਾਮਲਿਆਂ ਦੇ ਵਾਧੇ ਦੇ ਪਿੱਛੇ ਲੋਕਾਂ ਦੇ ਗੈਰ ਜ਼ਿੰਮੇਵਾਰਾ ਨਾਲ ਵਧਦੇ ਨੇ ਕਾਰਨ ਦੱਸਿਆ ਹੈ ਰਾਹੁਲ ਨੇ ਕਿਹਾ ਹੈ ਕਿ ਮੋਦੀ ਸਰਕਾਰ ਦਾ ਅੰਨਾ ਅਹੰਕਾਰ ਦੇਸ਼ ਦੀ ਬਦਹਾਲੀ ਦੇ ਲਈ ਕਦੇ ਭਗਵਾਨ ਤੇ ਕਦੇ ਜਨਤਾ ਨੂੰ ਦੋਸ਼ੀ ਠਹਿਰਾਉਂਦਾ ਹੈ ਪਰ ਖੁਦ ਦੇ ਕੋਈ ਸ਼ਾਸਨ ਨੂੰ ਨਹੀਂ ਲੋਕ ਸਭਾ ਦੇ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਹੋਈ ਵਿਸ਼ੇਸ਼ ਚਰਚਾ ਦੇ ਦੌਰਾਨ ਇੱਕ ਸਵਾਲ ਦੇ ਜਵਾਬ ਦੇ ਵਿੱਚ ਐਤਵਾਰ ਨੂੰ ਹਰਸ਼ਵਰਧਨ ਨੇ ਕਿਹਾ ਹੈ ਕਿ ਦੇਸ਼ ਦੇ ਵਿੱਚ ਕੋਵਿਡ-19 ਦੇ ਫੈਲਣ ਦੇ ਵਿੱਚ ਵਾਧੇ ਦਾ ਕਾਰਨ ਸਮਾਜਿਕ ਗੈਰ ਜ਼ਿੰਮੇਵਾਰ ਵਰਤì ਰਾਇ ਹੈ ਏ ਟਿੱਪਣੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਤੇ ਨਿਸ਼ਾਨਾ ਸਾਧਿਆ ਹਰਸ਼ਵਰਧਨ ਦੀ ਟਿੱਪਣੀ ਸੰਬੰਧੀ ਇੱਕ ਮੀਡੀਆ ਰਿਪੋਰਟ ਨੂੰ ਟੈਗ ਕਰਦੇ ਹੋਏ ਰਾਹੁਲ ਨੇ ਟਵੀਟ ਕੀਤਾ ਹੈ ਕਿ ਮੋਦੀ ਸਰਕਾਰ ਦਾ ਅੰਨਾ ਅਹੰਕਾਰ ਦੇਸ਼ ਦੀ ਬਦਹਾਲੀ ਦੇ ਲਈ ਕਦੇ ਭਗਵਾਨ ਤੇ ਕਦੇ ਜਨਤਾ ਨੂੰ ਦੋਸ਼ੀ ਠਹਿਰਾਉਂਦਾ ਹੈ ਪਰ ਖੁਦ ਦੇ ਕੋ ਸ਼ਾਸਨ ਤੇ ਗਲਤ ਨੀਤੀਆਂ ਨੂੰ ਨਹੀਂ ਆਪਣੇ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦੇਸ਼ ਹਾਲੇ ਹੋਰ ਕਿੰਨੇ ਐਕਟ ਆਫ ਮੋਦੀ ਨੂੰ ਚੱਲੇਗਾ ਭਾਰਤ ਨਾਲ ਸੰਬੰਧਿਤ ਨਵੀਂ ਦਿੱਲੀ ਧੁਈ ਇਸ ਖਬਰ ਦੇ ਅਨੁਸਾਰ ਕੇਂਦਰ ਸਰਕਾਰ ਦੇ ਕੈਬਨਟ ਨੇ ਹਾੜੀ ਦੀਆਂ ਫਸਲਾਂ ਦੇ ਲਈ ਘਟੋਕਟ ਸਮਰਥਨ ਬੋਲਦੇ ਵਿੱਚ ਵੱਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਟੋਮਰ ਬਿਆਨ ਦੇਣ ਵਾਲੇ ਨੇ ਦੱਸਣਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਖੇਤੀਬਾੜੀ ਨਾਲ ਸੰਬੰਧਿਤ ਬਿੱਲ ਨੂੰ ਪਾਸ ਕਰਵਾ ਚੁੱਕੀ ਹੈ ਦੇਸ਼ ਦੇ ਕਿਸਾਨਾਂ ਦੇ ਨਾਲ ਜੁੜੇ ਬਿੱਲ ਤੇ ਬਵਾਲ ਮਚਿਆ ਹੋਇਆ ਹੈ ਇਸ ਦੇ ਵਿੱਚ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਹਾੜੀ ਦੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਕੀਤਾ ਹੈ ਉਥੇ ਹੀ ਦੇਸ਼ ਦੇ ਕਈ ਕੋਨਿਆਂ ਦੇ ਵਿੱਚ ਐਮਐਸਪੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜਿਸ ਦੇ ਕਾਰਨ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। ਦਰਅਸਲ ਖੇਤੀਬਾੜੀ ਦੇ ਨਾਲ ਜੁੜੇ ਬਿੱਲਾਂ ਦੇ ਵਿੱਚ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਹ ਗੱਲ ਕਹਿ ਚੁੱਕੇ ਨੇ ਕਿ ਐਮਐਸਪੀ ਦੀ ਵਿਵਸਥਾ ਜਾਰੀ ਰਹੇਗੀ। ਫਸਲਾਂ ਦੀ ਸਰਕਾਰੀ ਖਰੀਦ ਵੀ ਜਾਰੀ ਰਹੇਗੀ। ਹਾਲਾਂਕਿ ਇਸ ਦੇ ਬਾਵਜੂਦ ਦੇਸ਼ ਦੇ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੇ। ਦਸਨਿਯੋਗ ਦੇ ਨਵੇਂ ਬਿੱਲ ਦੇ ਵਿੱਚ ਕਿਸਾਨਾਂ ਨੂੰ ਆਪਣੀ ਪੈਦਾਵਾਰ ਨੂੰ ਕਿਤੇ ਵੀ ਵੇਚਣ ਦੀ ਛੋਟ ਦਿੱਤੀ ਗਈ ਹੈ ਇਸ ਦੇ ਨਾਲ ਹੀ ਮੰਡੀਆਂ ਦੀ ਅਹਿਮੀਅਤ ਤੇ ਅਸਰ ਪਵੇਗਾ ਹਾਲਾਂਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਮੰਡੀਆਂ ਦਾ ਨੈਟਵਰਕ ਵੱਧ ਹੈ ਲਿਹਾਜ਼ਾ ਇਹਨਾਂ ਸੂਬਿਆਂ ਦੇ ਵਿੱਚ ਕਿਸਾਨ ਸੰਗਠਨਾਂ ਦੀ ਨਾਰਾਜ਼ਗੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦੇ ਸਾਹਮਣੇ ਘੱਟੋ ਘੱਟ ਸਮਰਥਨ ਮਿਲਣ ਨੂੰ ਲੈ ਕੇ ਵੀ ਪਰਮ ਦੀ ਸਥਿਤੀ ਹੈ ਜਿਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹੈ ਪੰਜਾਬ ਨਾਲ ਸੰਬੰਧਿਤ 아이ਸ ਖਬਰ ਦੇ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਖੇਤੀ ਸੰਬੰਧੀ ਕਾਲੇ ਕਾਨੂੰਨ ਨੂੰ ਬਣਾ ਕੇ ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਕਿਸਾਨਾਂ ਨੂੰ ਲੁੱਟਣ ਦੀ ਆਜ਼ਾਦੀ ਦੇ ਦਿੱਤੀ ਹੈ। ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਵੱਲੋਂ ਸੂਬੇ ਪੱਧਰ ਦੇ ਵਿੱਚ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦੇ ਖਿਲਾਫ ਲਿਖ ਕੇ ਰੋਜ਼ ਪ੍ਰਦਰਸ਼ਨਾਂ ਦੀ ਲੜੀ ਦੇ ਤਹਿਤ ਭージー ਬਠਾਣਾ ਵਿਖੇ ਲਾਇਤਰਨੇ ਦੇ ਮੌਕੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਸੁਨੀਲ ਜਾਖੜ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਅਸਤੀਫੇ ਦਾ ਡਰਾਮਾ ਕਰਨ ਵਾਲਾ ਕਾလီ ਦਲ ਅਸਲ ਦੇ ਵਿੱਚ ਦੋਹਰੀ ਖੇਡ ਖੇਡ ਰਿਹਾ ਹੈ ਪਰ ਉਸ ਦਾ ਧੋਰਾ ਕਿਰਦਾਰ ਹੁਣ ਸਭ ਦੇ ਸਾਹਮਣੇ ਆ ਚੁੱਕਿਆ ਹੈ। ਉਨਾਂ ਨੇ ਕਿਹਾ ਹੈ ਕਿ ਜੇਕਰ ਕਾਲੀ ਦਲ ਦਾ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਨਾਲ ਵਿਰੋਧ ਹੈ ਤਾਂ ਫਿਰ ਕੇਂਦਰ ਸਰਕਾਰ ਨੂੰ ਸਮਰਥਨ ਜਾਰੀ ਰੱਖਣ ਦਾ ਕੀ ਅਰਥ ਹੈ ਪੰਜਾਬ ਨਾਲ ਸੰਬੰਧਿਤ ਪਟਿਆਲਾ ਤੋਂ ਇਹ ਖਬਰ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਾ ਪੰਜ ਭਾਗ ਅੱਠ ਜੋੜ ਰੁੱਟਣਾ ਤੈਅ ਹੈ ਅਤੇ ਇਸ ਦੇ ਵਿੱਚ ਸਿਰਫ ਰਸਮੀ ਐਲਾਨ ਬਾਕੀ ਰਹਿ ਗਿਆ ਹੈ ਜੋ ਕਿ 25 ਸਤੰਬਰ ਨੂੰ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਕੀਤਾ ਜਾ ਸਕਦਾ ਹੈ ਭਾਵੇਂ ਮੋਦੀ ਸਰਕਾਰ ਵਿੱਚੋਂ ਅਸਤੀਫਾ ਦੇਣ ਦੇ ਸਮੇਂ ਖੁਦ ਹਰਜਿਮਰਤ ਕੋਰ ਬਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਐਨਡੀਏ ਦੇ ਵਿੱਚ ਉਹ ਬਣੇ ਰਹਿਣਗੇ ਅਤੇ ਸਰਕਾਰ ਨੂੰ ਬਰਹੁ ਹਮਾਇਤ ਦੇਣਗੇ ਪਰ ਪਿਛਲੇ 2 ਦਿਨਾਂ ਤੋਂ ਸੁਖਬੀਰ ਬਾਦਲ ਦੇ ਤੇਵਾਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਦੇ ਨਾਲ ਆਰਪਾਰ ਦੀ ਲੜਾਈ ਲੜਨ ਦੇ ਰੋ ਵਿੱਚ ਨੇ ਜਦੋਂ ਕਿ ਪਾਰਟੀ ਦੇ ਹੋਰ ਸੀਨੀਅਰ ਆਗੂ ਤਾਂ ਪਹਿਲਾਂ ਹੀ ਘਟ ਜੋੜ ਤੋੜਨ ਦੇ ਪੱਕੇ ਵਿੱਚ ਨੇ ਤੇ ਕੁਝ ਸੀਨੀਅਰ ਆਗੂ ਤਾਂ ਜਨਤਕ ਤੌਰ ਤੇ ਬਿਆਨ ਵੀ ਦੇ ਚੁੱਕੇ ਨੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਸਮਾਪਤ ਹੁੰਦਾ ਹੈ ਹੁਣ ਦਿਓ ਗਗਨਦੀਪ ਨੂੰ ਇਜਾਜ਼ਤ ਸੁੰਦੇ ਰਹੋ ਰੇਡੀਓ ਚੰਪਰ ਦੇਸੀ